ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਪੱਤ ਤੋਂ ਪੱਤ ਸ਼ੇਅਰ ਜ਼ਰੂਰ ਕਰੋ ਤਾਂ ਆਪਾਂ ਸਟਾਰਟ ਕਰਦੇ ਹਾਂ ਰੈਡੀ ਸਟਾਰਟ ਅੱਜ ਕੱਲ ਡਿਗਰੀਆਂ ਦਾ ਯੁੱਗ ਹੈ ਡੰਡੀ ਸਿੱਖਿਆ ਅਤੇ ਸਿਖਲਾਈ ਦੇ ਹਰ ਖੇਤਰ ਵਿੱਚ ਡਿਗਰੀਆਂ ਦੀ ਪਰਮਾਰ ਹੈ ਡੰਡੀ ਥਾਂ-ਥਾਂ ਉੱਪਰ ਡਿਗਰੀਆਂ ਦੀ ਫੈਕਟਰੀ ਕੰਮ ਕਰ ਰਹੀ ਹੈ ਡੰਡੀ ਜੇਕਰ ਡਾਕਟਰ ਨੂੰ ਇਸ ਦੀ ਜ਼ਰੂਰਤ ਹੈ ਤਾਂ ਪ੍ਰਿੰਸੀਪਲ ਲਈ ਵੀ ਇਹ ਜ਼ਰੂਰੀ ਹੈ ਡੰਡੀ ਜਰਾਇਤੀ ਖੇਤਰ ਦੀ ਆਪਣੀ ਪ੍ਰਸਿੱਧੀ ਹੈ ਡੰਡੀ ਕਿਸੇ ਡਿਗਰੀ ਦੀ ਕਲਾਸ ਵਿੱਚ ਦਾਖਲਾ ਲੈਣਾ ਵੀ ਕਾਫੀ ਮੁਸ਼ਕਲ ਹੈ ਅਤੇ ਇਹ ਮੁਕੰਮਲ ਕਈ ਸਾਲਾਂ ਵਿੱਚ ਹੁੰਦੀ ਹੈ ਡੰਡੀ ਘਰੇਲੂ ਅਤੇ ਵਿਦੇਸ਼ੀ ਡਿਗਰੀ ਵਿੱਚ ਫਰਕ ਮੰਨਿਆ ਜਾਂਦਾ ਹੈ ਡੰਡੀ ਇਹ ਕੋਈ ਆਦਰਸ਼ਕ ਗੱਲ ਨਹੀਂ ਹੈ ਡੈਂਡੀ ਕਰੜੀ ਪਰਖ ਮਗਰੋਂ ਅਸਲ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਭ ਬਰਾਬਰ ਹੀ ਹਨ ਡੈਂਡੀ ਘਰੇਲੂ ਡਿਗਰੀ ਵਾਲੇ ਵਿਅਕਤੀ ਦੀ ਵੀ ਭਰਪੂਰ ਪ੍ਰਸ਼ੰਸਾ ਹੁੰਦੀ ਵੇਖੀ ਗਈ ਹੈ ਡੈਂਡੀ ਜੇਕਰ ਪਿਛਲੇ ਸਮੇਂ ਵਿੱਚ ਕਿਦਰੇ ਸਾਡੀ ਸਖਲਾਈ ਦਾ ਮਿਆਰ ਖਰਾਬ ਰਿਹਾ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਸ ਦੇ ਕਾਰਨ ਨੂੰ ਤਲਾਸ਼ ਕਰੀਏ ਡੈਂਡੀ ਪ੍ਰੇਰਣਾ ਅਤੇ ਉਪਰਾਲੇ ਨਾਲ ਗਲਤੀ ਨੂੰ ਦੂਰ ਕਰੀਏ ਅਤੇ ਮੇਰਾ ਖਿਆਲ ਹੈ ਕਿ ਅਸੀਂ ਆਪਸੀ ਮਿਲਵਰਤਨ ਨਾਲ ਅਜਿਹਾ ਪ੍ਰਬੰਧ ਕਰ ਸਕਦੇ ਹਾਂ ਜਿਸ ਨਾਲ ਸਾਡੀ ਆਦਰਸ਼ਿਕ, ਪ੍ਰਵਲ ਅਤੇ ਅਮੀਰ ਪਰੰਪਰਾ ਉਜਾਗਰ ਹੋ ਸਕਦੀ ਹੈ ਡੈਂਡੀ ਮੈਂ ਆਸ ਕਰਦਾ ਹਾਂ ਕਿ ਆਪ ਸਾਰੇ ਮੇਰੀ ਪ੍ਰਾਰਥਨਾ ਨੂੰ ਜ਼ਰੂਰ ਮਨਜ਼ੂਰ ਕਰੋਗੇ ਡੈਂਡੀ ਸਟਾਪ